ਨਹੀਂ ਕਿੰਨੀ ਪੜਦਾਠ ਵਾਲੀ ਪਈ ਆ ਕਮਰੇ 'ਚ, ਆਹ ਪੜਦੇ ਪੁੜਦੇ ਖੋਲ ਲਿਆ ਕਰ, ਗੇਟ ਖੋਲ ਲਿਆ ਕਰ। ਮੈਂ ਵੀ ਸੋਚਿਆ ਵੀ ਜਵਾਕ ਕਾਹਤੇ ਬਾਹਰ ਬੈਠੇ ਨੇ ਮੇਰਾ ਮੁੰਡਾ। ਆਏ ਹਾਏ, ਅੱਜ ਆਈ ਨਹੀਂ, ਮੈਂ ਮਰ ਗਈ। ਗੈਸ ਬਣੀ ਪਈ ਹੈ ਤਾਂ ਤੁਸੀਂ ਕਿਉਂ ਢਿੱਲੇ ਹੋਏ ਫਿਰਦੇ? ਨਹੀਂ ਕੁਛ ਵਿਆਹ 'ਚ ਜ਼ਿਆਦਾ ਹੀ ਖਾਧਾ ਗਿਆ ਗੱਲ, ਕੋਈ ਪੁੱਠਾ ਸਿੱਧਾ ਜਿਹਾ ਖਾ ਲਿਆ, ਉਹਦੇ ਕਰਕੇ ਮੈਂ ਤਪ ਬਹੁਤ ਔਖੀ ਹੋਈ ਪਈਆਂ 'ਚ, ਬਾਹਲਾ ਹੀ ਹੋਇਆ ਪਿਆ। ਸਰਸੋਂ ਦੁਖਦਾ, ਜ਼ੁਕਾਮ, ਗਲਾ ਬਹੁਤ ਦੁਖਦਾ, ਮੇਰਾ ਤਾਂ ਢਿੱਡ ਨਾ ਜਾਫਰਿਆ ਫਰਿਆ ਪਿਆ ਬਹੁਤ ਭਾਈ। ਡੈਡੀ ਕਿੱਥੇ ਅੱਜ, ਮੈਨੂੰ ਸਿਰ ਦਿਖੇ? ਡੈਡੀ ਤਾਂ ਅੱਜ ਸਵੇਰ ਦਾ ਪਾਰਕ ਨੂੰ ਨਿਕਲਿਆ ਹੋਇਆ, ਅੱਗੇ ਕਦੇ ਨਹੀਂ ਗਿਆ, ਅੱਜ ਸਵੇਰ ਦਾ ਨਹੀਂ ਘਰੇ ਵੜਿਆ, ਕਹਿੰਦਾ ਮੈਂ ਤਾਂ ਘਰੇ ਉੱਪਰ ਉੱਪਰਾ ਲੱਗਦਾ। ਲੈ ਦੱਸ ਮੈਂ ਉਹਨੂੰ ਕੀ ਜਾਣਾ ਪੁੱਜਾਂ। ਉਹ ਰੋਟੀ ਰਾਟੀ ਬਣਾ ਲਓ, ਭੁੱਖ ਲੱਗੀ ਪਈ ਆ। ਮੈਂ ਭਾਈ ਮੈਂ ਤਾਂ ਅੱਜ ਠੀਕ ਨਹੀਂ ਹੈਗੀ, ਮੇਰਾ ਤਾਂ ਸਰੀਰ ਅੱਜ ਡਾਊਨ ਹੋਇਆ ਪਿਆ, ਬਹੁਤੀ ਔਖੀ ਹੋਈ ਪਈ ਆ ਮੈਂ ਤਾਂ। ਤੂੰ ਬਣਾ ਲਾ। ਮੈਂ ਤਾਂ ਆਪ ਨਹੀਂ ਅੱਜ ਠੀਕ ਹੈਗੀ। ਕੀ ਹੋ ਗਿਆ, ਠੀਕ ਨੂੰ ਕੀ ਗੱਲ ਹੋ ਗਿਆ? ਮੈਂ ਕੱਲ ਵਿਆਹ ਤੇ ਮਾੜਾ ਮੋਟਾ ਕੁਛ ਗਲਤ ਖਾਧਾ ਗਿਆ, ਪਤਾ ਨਹੀਂ ਕੀ ਹੋ ਗਿਆ ਉਹਦੇ ਨਾਲ ਹੀ ਕੁਛ ਹੋ ਗਿਆ। ਦੋਨੇ ਠੀਕ ਨਹੀਂ ਹੈਗੇ। ਹਾਂ ਤਾਂ ਅੱਜ ਬਹੁਤ ਔਖੀ, ਆਪੇ ਬਣਾ ਕੇ ਖਾ ਲਾ ਕੁਛ ਨਾ ਕੁਛ। ਥੋੜਾ ਬਹੁਤਾ ਉੱਥੇ ਤਾਂ ਜੈ ਖਾਣੇ ਦਾ ਤੁਸੀਂ ਮੇਰਾ ਤਾਂ ਜਲੂਸ ਕਢਾ ਕੇ ਧਰਤਾ, ਨਾਲੇ ਤੂੰ ਮੈਡਮ ਪਲੇਟ ਦੇ ਵਿੱਚ ਰਸਗੁੱਲੇ ਵਿੱਚ ਚਟਣੀ, ਮੰਮੀ ਨੇ ਤਾਂ ਪਤਾ ਨਹੀਂ ਕੀ ਕੀ ਪਾਇਆ ਹੋਇਆ, ਇੱਕ ਛੋਟੀ ਜਿਹੀ ਪਲੇਟ ਦਾ ਸਾਹ ਬੰਦ ਕੀਤਾ ਪਿਆ, ਚਟਣੀ, ਸਮੋਸੇ, ਆਈਸਕ੍ਰੀਮ, ਲੱਲਾ, ਪੱਬਾ, ਜਿਹੜੀ ਚੀਜ਼ ਕੋਈ ਛੱਡੇ ਨਹੀਂ ਉੱਥੇ ਮੈਂ ਖਾਣ ਵਾਲੀ। ਖਾਣ ਹੀ ਗਏ ਸੀ ਉੱਥੇ, ਹੋਰ ਦੇਖਣ ਤਾਂ ਨਹੀਂ ਕੁਛ ਗਏ, ਵੀ ਸੁੰਘ ਕੇ ਮੁੜਾਂਗੇ ਕੁੱਤੇ ਵਾਂਗੂ। ਮੈਨੂੰ ਸਾਲੀ ਸ਼ਰਮ ਆਵੇ ਜਦੋਂ ਮੈਂ ਜਾਇਆ ਗਿਆ ਤੁਹਾਡੇ ਕੋਲ, ਮੈਨੂੰ ਐ ਯੂ ਟਰਨ ਮਾਰਨੀ ਪਿਆ ਕਰੇ। ਕਿੰਨੀ ਸ਼ਰਮ ਦੀ ਗੁਸਲੀ ਆ, ਸ਼ਰਮ ਲਾ ਕੇ ਘਰੇ ਰੱਖ ਜਿਆ ਕਰ। ਮੈਂ ਤਾਂ ਕਹਿੰਦਾ ਜੇ ਮੈਨੂੰ ਪੁੱਛੇ ਵੀ ਕੌਣ ਨੇ, ਮੈਂ ਕਹਿੰਦਾ ਮੇਰੇ ਦੂਰ ਦੇ ਕਰਦੇ ਨੇ। ਆਹੋ ਕਹ ਦੂਰ ਦੇ ਨੇ, ਕਹ ਮਤੇਈ ਆ, ਸਤੇਲੀ ਮਾਂ ਕਹ। ਹਾਂ ਹਾਂ, ਕਿੰਨਾ ਹੈ ਬੰਦਾ ਬੰਦਾ ਜਾਂਦਾ ਵਿਆਹ 'ਚ ਮਾੜਾ ਮੋਟਾ ਦੋ ਰਸਗੁੱਲੇ ਖਾਂਦਾ, ਹੋਰ ਤੀ ਹੋਰ ਤਾਂ ਡੇਢ ਦੋ ਕਿਲੋ ਪਕੌੜੇ ਫਰਿੱਜ ਲਿਆ ਕੇ ਧਰਤੇ, ਦੱਸੋ ਕੌਣ ਖਾਊਗਾ ਇਹਨਾਂ ਨੂੰ? ਬੇ ਬੱਸ ਕਰ ਬੇ, ਉਹ ਨਾਲ ਦੀਆਂ ਦੇ ਜਿਬੜੀਆਂ ਨੇ ਹਫ਼ਤੇ ਹਫ਼ਤੇ ਦੇ ਪਕੌੜੇ ਲੈ ਕੇ ਆਉਂਦੇ ਨੇ, ਉਹ ਰੋਟੀਆਂ ਵੀ ਲਪੇਟ ਲਿਆਉਂਦੀਆਂ, ਕਹਿੰਦੀ ਹੁਣ ਹਫ਼ਤਾ ਮੌਜ ਕਰਾਂਗੇ। ਤੂੰ ਕੀ ਸਾਡੇ 2 ਕਿਲੋ ਪਕੌੜਿਆਂ 'ਤੇ ਸਾਡਾ ਜਲੂਸ ਕੱਢਣ ਲੱਗ ਗਿਆ, ਸਾਰੀ ਦੁਨੀਆਂ ਨੂੰ ਸੁਣਾਉਣ ਲੱਗ ਗਿਆ, ਤੇਰੇ ਕਹਿੰਦੇ ਤਾਂ ਸਰ ਗਿਆ ਬੇ ਮੁੰਡਿਆ। ਬਸ ਤੁਸੀਂ ਵਿਆਹ 'ਤੇ ਜਾਂਦੇ ਹੋ ਕਿ ਖਾਣ ਜਾਂਦੇ ਹੁੰਦੇ ਹੋ? ਨਾ ਹੋਰ ਕੀ ਖਾਣਾ, ਉੱਥੇ ਖਾਣ ਹੀ ਜਾਣਾ, ਮਿੱਟੀ ਦਾ ਨਹੀਂ ਕੱਢਣ ਜਾਣਾ ਉੱਥੇ, ਵੀ ਮਾਤਾ ਰਾਣੀ ਦੀ ਪੂਜਾ ਕਰਨੀ ਆ। ਜਹਾ ਜਹਾ ਆਪਦਾ ਬਣਾ ਕੇ ਖਾ ਲਾ, ਤੂੰ ਸਾਨੂੰ ਨਾ ਬਾਹਲਾ ਤੰਗ ਕਰ। ਹੁਣ ਤੂੰ ਦੱਸ ਕੀ ਕਹਿੰਦੀ ਸੀ ਮੈਨੂੰ? ਮੈਂ ਤਾਂ ਉਹੀ ਪਰਸੋਂ ਦੀ ਬਰਥਡੇ ਪਾਰਟੀ ਦੀ ਪੁੱਛਦੀ ਹਾਂ ਵੀ ਉਹਦਾ ਕੀ ਕਰਨਾ ਹੈ। ਉੱਥੇ ਆਪਾਂ ਚੱਲਾਂਗੇ, ਦਵਾਈ ਦਵੂਈ ਲੈਂਦੇ ਹਾਂ ਚੰਗੀ ਤਰ੍ਹਾਂ, ਨਾਲ ਹਾਜਮੂਲਾ ਲੈ ਲਾਂਗੇ, ਆ ਜਿਹੜੀ ਗੈਸ ਗੂਸ ਜੀ ਬਣੀ ਹੋਈ ਆਪਾਂ ਠੀਕ ਕਰ ਲੈਣੀ ਆ। ਜਾਣਾ ਕਿਉਂ ਨਹੀਂ ਜਾਣਾ, ਹੁਣ ਇਹ ਵੀ ਛੱਡਣਾ ਹੱਦ ਹੋ ਗਈ ਤੇਰੇ ਕਰਨੀ, ਤਾਂ ਤੂੰ ਵੀ ਉਹੀ ਕਰੀ ਜਾਂਦੀ ਆ। ਚਲੋ ਠੀਕ ਆ, ਨਾ ਨਾ ਜ਼ਰੂਰ ਚੱਲਣਾ।